بسم الله الرحمن الرحيم. الحمد لله الحمد لله رب العالمين والعاقبة للمتقين والصلاة والسلام على سيد الأنبياء والمرسلين وعلى آله وعلى آله وعلى آله وصحابه وأزواجه وأولاد رسوله وذرياته وأولياء أمته وعلماء أهل سنته أجمعين. أما بعد، بسم الله الرحمن الرحيم. ربنا اغفر لي ولوالدي وللمؤمنين يوم يقوم الحساب. صدق الله العظيم. إن الله وملائكته يصلون على النبي يا أيها الذين آمنوا صلوا عليه وسلموا تسليما. الصلاة والسلام عليك يا رسول الله وعلى آلك وصحابك يا سيدي يا جد الحسن والحسين. بلغ الولا بكماله كشف الدجى بجماله حسنت جميع خصاله صلوا عليه وآله. حب نبی ہے مہرِ علی، مہرِ علی ہے حبِ نبی. لحم کا لحمی، جسم کا جسمی، فرق نہیں ماں بہن پیا. گنج بخشے فیضِ عالم، مظہرِ نورِ خدا. ناک سارا پیر کامل، کامل آرا رہنما. اللہ محمد چار یار، حاجی خواجہ قطب فرید. حق فرید یا فرید. حمد و ثنا بعد تاجدار ربو اجم فخر بنی آدم مولا کل ختم رسول احمد مصطفیٰ حضرت سرور محمد مصطفیٰ صلی اللہ علیہ وآلہ وسلم دی بارگاہ اقدس دے اندر ہدیہ درود و سلام عاجزانہ غریبانہ مسکینانہ پیش کرنے تو بعد، صاحب صدر گرامی قدر شوکت اسلام، علماء کرام، سنا خان شری لسان، عوام اہل سنت، السلام علیکم ورحمت اللہ وبرکاتہ. آج دی خوبصورت محفل پاک تو اس علاقہ گجرات دیت انعقاد پذیر ہے، جس دی اندر میں اور تسی سب حاضر ہاں. اللہ میری تو سب دی حاضری قبول فرمائے. محترم محمد عثمان قادری صاحب، محمد راشد قادری صاحب، محمد اشفاق قادری صاحب، دیگر جتنے احباب نے، میں نو بھی حکم نہ دیتا، میں بھی تواڈی زیارت واسطے حاضر ہویا. چند کڑیاں واز کر کے میں اپنی قبر دا سامان جمع کرنا ہے. اللہ حق بیانی دی اور اُدے اُتے عمل پیرا ہون دی توفیق عطا فرمائے. اشتہار دے عنوان دے مطابق جڑا میرا موضوع ہے عظمت والدین، اس حوالے نال میں گفتگو کرنی ہے.
ਗੁਫ਼ਤਗੂ ਕਰਨ ਤੋਂ ਕਬਲ ਇੱਕ ਮਹਿਫਲ ਦਾ ਮਾਹੌਲ ਬਣਾ ਲਈਏ ਤਾਂ ਕਿ ਰੂਹਾਨੀ ਸਿਲਸਿਲਾ ਜਿਹੜਾ ਹੈ ਉਹ ਆਬਾਦ ਹੋ ਜਾਏ ਅਤੇ ਹੋ ਸਕਦਾ ਕਿਸੇ ਦੀ ਹਾਜ਼ਰੀ ਕਬੂਲ ਹੀ ਨਹੀਂ ਮਨਜ਼ੂਰ ਵੀ ਹੋ ਜਾਏ ਅਤੇ ਅੱਖ ਲੱਗ ਜਾਏ ਪਿਛਲੇ ਪਹਿਰ ਰਾਤ ਨੂੰ ਅਤੇ ਦੀਦਾਰੇ ਮੁਸਤਫਾ ਵੀ ਨਸੀਬ ਹੋ ਜਾਏ। ਨਮਾਜ਼ ਤਕਰੀਬਨ ਹਰ ਬੰਦੇ ਨੂੰ ਜ਼ੁਬਾਨੀ ਯਾਦ ਹੈ। ਅਗਰ ਨਮਾਜ਼ ਦੇ ਨਾਲ ਨਾਲ ਇਹਦਾ ਤਰਜਮਾ ਯਾਦ ਹੋ ਜਾਏ ਤਾਂ ਫਿਰ ਬੰਦੇ ਨੂੰ ਨਮਾਜ਼ ਪੜ੍ਹਦਿਆਂ ਪਤਾ ਲੱਗਦਾ ਰਹਿੰਦਾ ਹੈ ਕਿ ਮੈਂ ਆਪਣੇ ਰੱਬ ਨਾਲ ਕਿਹੜੀ ਕਿਹੜੀ ਗੱਲ ਪਿਆ ਕਰਨਾ ਵਾਂ। ਬੰਦਾ ਮੂਮਨ ਵੁਜ਼ੂ ਕਰਦਾ ਹੈ ਅੱਲਾਹ ਦੀ ਰਜ਼ਾ ਵਾਸਤੇ, ਵੁਜ਼ੂ ਕਰਕੇ ਨਮਾਜ਼ ਵਾਸਤੇ ਖੜਾ ਹੁੰਦਾ ਹੈ, ਅੱਲਾਹੁ ਅਕਬਰ ਸੁਨਾ ਪੜ੍ਹਦਾ ਹੈ, ਸੂਰਹ ਫਾਤਿਹਾ ਪੜ੍ਹਦਾ ਹੈ, ਨਾਲ ਕੋਈ ਕੁਰਾਨ ਦੀਆਂ ਦੋ ਚਾਰ ਆਯਾਤ ਕੋਈ ਸੂਰਤ ਪੜ੍ਹਦਾ ਹੈ ਅਤੇ ਪੜ੍ਹ ਕੇ ਰੁਕੂ ਜਾਂਦਾ ਹੈ ਅਤੇ ਬੰਦਾ ਮੂਮਨ ਅਰਜ਼ ਕਰਦਾ ਹੈ ਸੁਬਹਾਨ ਰੱਬੀ ਅਲ ਅਜ਼ੀਮ, ਮੇਰਾ ਪਾਕ ਪਰਵਰਦਿਗਾਰ ਉਹ ਵੇ ਜਿਹੜਾ ਸਭ ਤੋਂ ਬੜਾ ਅਜ਼ੀਮ ਹੈ। ਤਸਬੀਹਾਤ ਰਕੂ ਦੀਆਂ ਕਹਿ ਕੇ ਫਿਰ ਸਜਦੇ ਚ ਜਾਂਦਾ ਹੈ ਸੁਬਹਾਨ ਰੱਬੀ ਅਲ ਆਲਾ, ਸਜਦੇ ਦੀ ਸੂਰਜ, ਮੇਰਾ ਪਾਕ ਪਰਵਰਦਿਗਾਰ ਉਹ ਵੇ ਜਿਹੜਾ ਸਭ ਤੋਂ ਆਲਾ ਹੈ। ਫਿਰ ਤਾਹੀਆਤ ਦੀ ਸ਼ਕਲ ਚ ਬੈਠਦਾ ਅੱਲਾ ਆਉਂਦਾ ਹੁਣ ਤੂੰ ਟੈਨਸ਼ਨ ਹੋ ਕੇ ਬੈਠ, ਉੱਠਣਾ ਵੀ ਨਹੀਂ, ਕਿਆਮ ਨਹੀਂ, ਰੁਕੂ ਨਹੀਂ, ਸਜਦਾ ਨਹੀਂ, ਹੁਣ ਤੂੰ ਤਾਹੀਆਤ ਬੈਠੇ, ਤੇਰੀਆਂ ਨਜ਼ਰਾਂ ਝੋਲੀ ਵਿੱਚ ਰਹਿਣੀਆਂ ਚਾਹੀਦੀਆਂ ਨੇ ਤੇ ਹਰਕਤ ਨਹੀਂ ਕੋਈ ਵੀ ਉਹਨੂੰ ਹੋਣੀ ਚਾਹੀਦੀ ਤੇ ਅਦਬ ਤੇ ਤਕਾਜ਼ੇ ਕਰ ਪੂਰੇ ਤੇ ਕੌਲੀ ਤੇ ਫੇਲੀ ਇਬਾਦਤ ਦਾ ਜ਼ਿਕਰ ਕਰ। ਯਾ ਅੱਲਾ ਆਪਣੀ ਗੱਲ ਆਈ ਤਾਂ ਨਾ ਖਲੋ ਕੇ ਕਰੋ ਕਿਆਮ ਦੀ ਸੂਰਤ ਵਿੱਚ, ਆਪਣੀ ਤਸਬੀਹਾਤ ਦਾ ਤਜ਼ਕਰਾ ਆਇਆ ਤਾਂ ਨਾ ਰਕੂਚ ਕਰੋ, ਆਪਣੀ ਤਸਬੀਹਾਤ ਦਾ ਜ਼ਿਕਰ ਤਾਂ ਨਾ ਸਜਦੇ ਚ ਕਰੋ, ਹੁਣ ਬੜੇ ਅਦਬ ਨਾਲ ਬਿਠਾਨਾ, ਇਹਦੀ ਵਜ੍ਹਾ ਕੀ ਹੈ? ਫਰਮਾਇਆ ਇਸ ਲਈ ਹੁਣ ਤੇਰੀ ਜ਼ੁਬਾਨ ਪਾਕ ਹੋ ਗਈ ਹੈ ਮੇਰੀਆਂ ਤਾਰੀਫਾਂ ਕਰ ਕਰਕੇ ਤੇ ਹੁਣ ਅਦਬ ਨਾਲ ਤਾਂ ਪਿਆ ਬਿਠਾਨਾ ਕਿਉਂਕਿ ਤੂੰ ਹੁਣ ਮੇਰੇ ਹਬੀਬ ਨੂੰ ਸਲਾਮ ਨਹੀਂ ਕਹਿਣਾ, ਹੁਣ ਤੂੰ ਮੇਰੇ ਮਹਿਬੂਬ ਨੂੰ ਸਲਾਮ ਨਹੀਂ ਕਹਿਣਾ, ਬੈਠ ਸਿਰ ਅਦਬ ਨਾਲ ਤੇ ਅਦਬ ਦੇ ਤਕਾਜ਼ੇ ਕਰ ਪੂਰੇ ਤਾਂ ਕਿ ਤੇਰਾ ਸਲਾਮ ਜਿਹੜਾ ਹੈ ਉਹ ਮੇਰੇ ਮਹਿਬੂਬ ਦੀ ਬਾਰਗਾਹ 'ਚ ਸਿਰਫ ਕਬੂਲ ਹੀ ਨਹੀਂ ਮਨਜ਼ੂਰ ਵੀ ਹੋ ਜਾਏ। ਥੋੜਾ ਜਿਹਾ ਮੁਹੱਬਤ ਨਾਲ ਉੱਚਾ ਕਹਿ ਸਕਦੇ ਹੋ ਸੁਬਹਾਨ ਅੱਲਾਹ? ਅਗਰ ਤੁਹਾਡੀ ਇਹ ਮੁਹੱਬਤ ਸੁਬਹਾਨ ਅੱਲਾਹ ਦੀ ਸਦਾ ਬੁਲੰਦ ਰਵੇ ਤਾਂ ਮੈਂ ਯਕੀਨਨ ਬਾਰ ਬਾਰ ਤੁਹਾਡੀ ਤਰਫ ਨਹੀਂ ਲੋਟਾਂਗਾ, ਮੈਂ ਆਪਣੀ ਤਕਰੀਰ ਦੇ ਜੁਮਲੇ ਹੀ ਬਿਆਨ ਕਰਦਾ ਜਾਵਾਂਗਾ। ਮੈਂ ਉਮੀਦ ਨਹੀਂ ਯਕੀਨ ਰੱਖਾਂਗਾ ਕਿ ਮੈਨੂੰ ਹੁਣ ਦੁਬਾਰਾ ਨਹੀਂ ਕਹਿਣਾ ਪਵੇਗਾ ਕਿਉਂਕਿ ਅੱਲਾਹ ਦੀ ਤਾਰੀਫ ਕਰਦਿਆਂ ਕਿਸੇ ਨੂੰ ਸ਼ਰਮ ਨਹੀਂ ਆਉਂਦੀ, ਅੱਲਾਹ ਦੀ ਤਾਰੀਫ ਕਰਦਿਆਂ ਹਰ ਕੋਈ ਅਕੀਦਤ ਔਰ ਮੁਹੱਬਤ ਦਾ ਇਜ਼ਹਾਰ ਕਰਕੇ ਅੱਲਾਹ ਦੀ ਤਾਰੀਫ ਕਰਕੇ ਕਹਿ ਰਿਹਾ ਹੁੰਦਾ ਸੁਬਹਾਨ ਅੱਲਾਹ। ਹਜ਼ਰਾਤ, ਬੰਦਾ ਮੂਮਨ ਕੌਲੀ ਤੇ ਫੇਲੀ ਇਬਾਦਤ ਦਾ ਜ਼ਿਕਰ ਕਰਕੇ ਅਸਲਾਮੁ ਅਲੈਕਾ ਅਯੁਹਨ ਨਬੀਓ, ਯਾ ਨਬੀ ਅੱਲਾਹ ਤੁਹਾਡੇ ਤੇ ਸਲਾਮ ਹੋਵੇ। ਬਾਜ਼ ਲੋਕ ਸਾਡੇ ਤੇ ਇਤਰਾਜ਼ਾਤ ਕਰਦੇ ਨੇ ਕਿ ਸੁੰਨੀ ਅਜ਼ਾਨ ਤੋਂ ਪਹਿਲਾਂ ਤੇ ਮਗਰੋਂ ਜਿਹੜਾ ਸਲਾਤ ਪੜ੍ਹਦੇ ਨੇ ਇਹ ਨਹੀਂ ਪੜ੍ਹਨਾ ਚਾਹੀਦਾ, ਇਹ ਬਿਦਤ ਹੈ, ਇਹ ਨਹੀਂ ਕਹਿਣਾ ਚਾਹੀਦਾ, ਯਾ ਰਸੂਲ ਅੱਲਾ ਹੀ ਨਹੀਂ ਕਹਿਣਾ ਚਾਹੀਦਾ, ਯਾ ਨਬੀ ਅੱਲਾ ਨਹੀਂ ਕਹਿਣਾ ਚਾਹੀਦਾ। ਤੇ ਮੈਂ ਕਿਹਾ ਮੌਲਵੀ ਜੀ ਸਾਨੂੰ ਮਨਾ ਕਰਦੇ ਹੋ, ਤੁਸੀਂ ਕਿਉਂ ਪੜ੍ਹਦੇ ਹੋ? ਆਂਦਾ ਅਸੀਂ ਨਹੀਂ ਪੜ੍ਹਦੇ। ਮੈਂ ਕਿਹਾ ਅੱਲਾ ਦੀ ਕਿਸਮੇ ਤੁਸੀਂ ਪੜ੍ਹਦੇ ਹੋ? ਆਂਦਾ ਨਹੀਂ ਪੜ੍ਹਦੇ। ਮੈਂ ਕਿਹਾ ਅੱਲਾ ਦੀ ਕਿਸਮੇ ਤੁਸੀਂ ਪੜ੍ਹਦੇ ਹੋ? ਆਂਦਾ ਨਹੀਂ ਪੜ੍ਹਦੇ। ਮੈਂ ਕਿਹਾ ਅੱਲਾ ਦੀ ਕਿਸਮੇ ਤੁਸੀਂ ਪੜ੍ਹਦੇ ਹੋ? ਆਂਦਾ ਕਿਵੇਂ? ਮੈਂ ਕਿਹਾ ਨਮਾਜ਼ ਦੇ ਵਿੱਚ ਅਸਲਾਮੁ ਅਲੈਕਾ ਅਯੁਹਨ ਨਬੀ। ਮੈਂ ਕਿਹਾ ਫਰਕ ਇੰਨਾ ਇਹ ਪੜ੍ਹਦੇ ਤੁਸੀਂ ਵੀ ਹੋ, ਪੜ੍ਹਦੇ ਅਸੀਂ ਵੀ ਹਾਂ, ਤੁਸੀਂ ਜ਼ਰਾ ਚੁੱਪ ਚੁੱਪ ਰਹਿ ਕੇ ਪੜ੍ਹ ਲੈਂਦੇ ਹੋ, ਅਸੀਂ ਜ਼ਰਾ ਓਪਨ ਹੋ ਕੇ ਪੜ੍ਹ ਲੈਂਦੇ ਹਾਂ, ਤੁਸੀਂ ਚੁੱਪ ਚੁੱਪ ਰਹਿ ਕੇ ਪੜ੍ਹ ਲੈਂਦੇ ਹੋ, ਅਸੀਂ ਓਪਨ ਹੋ ਕੇ ਵੀ ਪੜ੍ਹ ਲੈਂਦੇ ਹਾਂ। ਅਸੀਂ ਦੱਸਣਾ ਚਾਹੁੰਦੇ ਹਾਂ ਆਪਣੇ ਤੇ ਆਪਣੇ ਹੋਏ ਤੇ ਜੇ ਕੋਈ ਬੇਗਾਨਾ ਵੀ ਸਾਡੇ ਦਰੂਦੋ ਸਲਾਮ ਨੂੰ ਸੁਣਦਾ ਹੋਵੇ ਉਹਦੇ ਕੰਨ 'ਚ ਆਵਾਜ਼ ਜਾਏ, ਉਹਨੂੰ ਪਤਾ ਲੱਗੇ ਜੋ ਇਹ ਅੰਦਰੋਂ ਵੇ ਉਹੋ ਹੀ ਬਾਹਰ ਹੈ, ਜੋ ਬਾਹਰ ਹੈ ਉਹੋ ਹੀ ਇਹਦੇ ਅੰਦਰ ਹੈ। ਸਾਡੀ ਅਕੀਦਤ ਤੇ ਮੁਹੱਬਤ ਅਸੀਂ ਓਪਨ ਹੋ ਕੇ ਦੱਸਣਾ ਚਾਹੁੰਦੇ ਹਾਂ।
कोई सियासी पार्टी, कोई सियासी पार्टी अपने लीडर का झंडा तो जमात का झंडा इस वास्ते लगाती है, कोई फर्द अपने मकान की छत झंडा इस वास्ते लगाता ताकि लोगों को पता लगे यदि फलां पार्टी है, फलां पार्टी है, फलां पार्टी है। असं इसलिए उच्चा सलाम पढ़ के दसने साडी मदीने वाली पार्टी है। अस्सलाम वालेका अय्युहन नबी, लोगों के एक सलाम का रौला पाए है, सिर्फ या नबी अल्लाह तो या रसूल अल्लाह तो टेंशन लै लैके इतनी टेंशन ली, इतनी टेंशन ली, इतनी टेंशन ली कि उन्होंने अपनी हजामत करानी भी याद ना रही तो दाड़ियां इतों तक चलिया गई। लेकिन तवज्जो चाहना, अल्लाह आंदा सिर्फ नबी नू या कहते तेन प्रॉब्लम हो गई है और कहते टेंशन हो गई है, तो जे मैं तेरे को हर वली नू सलाम ना करावा तो मैनू मुहम्मद का खुदा किन्ने कहना है। अस्सलाम वालेका अय्युहन नबी व रहमतुल्लाहि व बरकातुहु अस्सलाम अलैना व अला इबादिल्लाह हिस्सालेहीन। मैं कह मौलवी जी साडे अजान दे सलाम दा रौला पाए है, आप ते सारे सुलहा नु सलाम करी जा रहे हो, कुल वलियां नु सलाम करी जा रहे हैं। अल्लाहु अकबर। इहदे ते बास करां, बड़ा तवील मौजू है लेकिन तवज्जो होवे। फिर दुरूद इब्राहिमी बरकतां दी दुआ, हजरत इब्राहिम अली सलाम ते दुरूद, आप दी आलो औलाद ते दुरूद, हजूर ते दुरूद, हजूर दी आलो औलाद ते दुरूद। एक जुमला अपने अकीदे की तर्जमानी वास्ते, इब्राहिम ते होए इस्माइल भी हो गए, हजूर भी हो गए, वाला आले इब्राहिम, वाला आले मुहम्मद। तो जेडे लोग कहते ने असीं जड़े दुनिया तो टुर जान उन्हां दे कायल नहीं, इत्थे एक नूं ते रब ने बाहर नहीं कढ़िया, पा ते सारिआं नूं छड्डिआ। तुसीं दरूद किन्नू पे पढ़दे हो, तुसीं दरूद किन्नू पे भेजदे हो, एक नूं भी बाहर नहीं कढ़िआ। वाला आले इब्राहिम, वाला आले मुहम्मद आको सल्लल्लाहु अलैहि वसल्लम। इहदे ते बस करां लैदा मौजू है, लेकिन तवज्जो होवे। अल्लाह अकबर। नीचे ना रखो, उत्ते मदीने दी फोटो भी होगी, किसी नाम नाल मुहम्मद भी लिखा होगा। हजरात तवज्जो होवे, नमाज दे एंड उत्ते एक दुआ है, अल्लाह दा बंदिया तू वजू मेरे वास्ते कीता, दुनिया मेरे वास्ते छड्डी, करो उठ के मेरे वास्ते आया, हुण मुसल्ले ते खलो गया, किबला रुख हो गया, अल्लाह अकबर कह के सना पढ़ी आ, मेरिया तरीफा कीतिया नहीं, सूरह फातिहा पढ़ी आ, और मेरी मालकियत का तजकरा किया ही है, इनाम याफ्ता लोगों का राह मंगिया, गजब वालों के कोलो दूर रहने की गल की है, और मेरे बंदिया कुरान की तिलावत की आ, तू रुकू क्याम सजदा सारा तेरा मेरे वास्ते वे, सलाम आखिया मेरे महबूब न इब्राहिम न, इब्राहिम आलो औलाद ते दरूद पढ़ियाई, हजूर ते हजूर की आलो औलाद ते दरूद पढ़ियाई, तू इन्नी मेहनत की है ते तेरी मेहनत का भी तो कोई फल होना चाहिए, तेरी मेहनत का भी तो कोई अजर होना चाहिए ना, तो तू मंग तेन की चाहिए। अच्छा ठहर, मैं ही तेन दसना तू मेरे को की मंग, अल्लाह की मंगा, फरमाया ऐ एक पैगंबर की दुआ ही, तू मेरे को मंग, मैनू बड़ी चंगी लगी है, मैनू बड़ी चंगी लगी है, तो तू मंग मेरे को, अल्लाह की मंगा, फरमाया मंग रब्बना गफिर ली, अल्लाह तू मेरी मगफरत फरमा, या अल्लाह तू मैनू मुआफी दे, या अल्लाह तू मेरी बख्शिश कर दे, अल्लाह तू मेरी मगफरत फरमा, रब्बना गफिर ली, ऐ अल्लाह तू मेरी मगफरत फरमा, वाली वाली दया, अल्लाह तू मेरे वालदैन दी भी मगफरत फरमा, वलिल मोमिनीन कुल मोमना दी मफरत फरमा। हैं बड़ी तवज्जो नाल ऐ जड़ी दुआ है रब्बा नाल फिर ली, ये तो हो गई मैं अपने जोगी मांग ली, मैं जिंदा हो जवेद सा तो मैं कह दीता रब्बा नाल फिर ली, अल्लाह तो मेरी मफरत फरमा। अगला जुमला जड़ा वाली वाली
दया अल्लाह तू मेरे वालदैन की मगफरत फरमा इत सीगा हूं जमा दा सीगा केड़ा है जमा दा ते जमा दलालत करदा है तेनू ते है एदा मतलब है सिर्फ अम्मा बानी विच दादा दादी भी शामिल कर लो विच नाना नानी भी शामिल कर लो जिन्हें तुहाडे माई बाप वाले रिश्ते बनते ने सारे ही विच पा लो। अच्छा उन बाज लोग कहते ने कि मरण तो बाद दुआ फायदा नहीं देती इहदा तो कोई मकसद नहीं मैं क्या क्यों अंदर जो तो मुर्दे दे अपने हाथ काम नहीं करते अखां दे सुराख बंद हो गए ने कन्ना दे सुराख बंद हो गए ने मूंह दा सुराख बंद हो गया है ते तुहाडी दुआ किहड़े सुराख दे रस्ते अंदर जाती है। मैं क्या मौलवी जी तुसी अब्बे दा जनाजा मरण तो पहला पढ़ते हो कि मरण तो बाद आंदा मरण तो बाद तो मैं क्या उदों दे हाथ काम करते ने आंदा नहीं मैं क्या अखां काम करदियां ने आंदा नहीं मैं क्या मूंह दा सुराख काम करदा है आंदा नहीं मैं क्या नक्कां दे सुराख काम करदे ने आंदा नहीं मैं क्या कन्ना दे सुराख काम कर देना दा नहीं तो मैं क्या तुहाडी दुआ किहड़े सुराख दे रस्ते अंदर वड़दी है। अल्लाहुम्मा फिर लि हज्जिना व मस्जिदिना व शाहिदिना व गायबिना व सगीरिना व कबीरिना व जाकरिना मैं क्या जिहड़ी सारी दुआ तुसीं मंगदे हो इह तुहाडियां दुआवां मुर्दे लई किहड़े सुराख दे रस्ते जिहड़े सुराख दे रस्ते तुहाडी दुआ वड़दी है उसे सुराख दे रस्ते साडी भी दुआ वड़ जांदी है। लड़ना तो है ही नहीं ना आओ सुलह कर लीए साडे आखे लगो तुहाडी इज्जत होएगी है हजरात तवज्जो चाहना। अच्छा बाज़ लोग कहंदे ने मरण तो बाद दुआ फायदा नहीं देंदी चलो जी बकौल उन्हां दे नहीं देंदी। एक बंदा है नजीर उहदे वालिद साहब की डैथ हो गई वालदा है हुण नमाज विच गल करनी है जमा दी दादा भी कोई नहीं दादी भी कोई नहीं नाना भी कोई नहीं नानी भी कोई नहीं सारे मां प्यो रिश्ते खत्म हो गए तो रह गई सिर्फ अम्मा तो हम बंदा इतने की करे नमाज विच रब्बा नाल फिर ली अगों की करे क्योंकि जेडे बाकी सारे रिश्ते सन वो तो टुर गए कबर च उन्होंने तो लगती नहीं तो लगती है सिर्फ अम्मा तो जमा की तो गल करनी नहीं क्योंकि लगती है सिर्फ अम्मा अम्मा की हूँ कली वंड पानी के इंजे गल मेरी को वंड समझ आ रही है कि नहीं आ रही गल नूं समझो जरा मैं कुरान की गल पै करना भाई सारे मां प्यो वाला रिश्ते ते टुर गए कबरां च ते कौन मगर बच गई मां तो नमाज विच बंदा जमा की गल कर ही नहीं सकता क्योंकि उन्होंने तो लगती नहीं इहनूं लगती है। तो मैं क्या मौलवी जी हुण की करोगे आंदा तुसीं की करदे हो मैं क्या असीं तो सारी पढ़ जाने तो आंदा असीं भी पढ़ जाने तो मैं क्या तुसीं क्यों पढ़ते हो लगती जो नहीं आंदा तुसी नहीं पढ़ते मैं क्या साड़ी तो लगती है आंदा तुहाड़ी लग जाती है मैं क्या आहो आंदा जिहड़े जिंदा ने उन्हां नूं लगती मैं क्या नहीं जिहड़े कबरां च टुर गए ने उन्हां नूं भी लगती है आंदा उन्हां नूं किवें मैं क्या अल्लाह आंदा तुसी मेरे कोलों मंगदे हो किसी मौलवी कोलों तो नहीं ना नहीं समझे तुसी हैं और नमाज पढ़दे होया जिक्र किहदा करने आ अल्लाह ते अल्लाह दे रसूल दा अहलुल्लाह दा ते दुआ किहदे कोलों पे मंगने आ अल्लाह कोलों पे मंगने आ मैं क्या मौलवी जी दुआ तो असी मंगनी अल्लाह को अल्लाह आंदा मैं ते जो बंदा मेरे को मंगता है चाहे वह कबर में होवे भावें घर होवे मेरा काम तो उन्होंने खाते पाना है उन्होंने खाते नहीं वो दुआ नहीं पहुंचती तो मैं क्या तुसी फिर ये नाना अगो पढ़िया करो वाली वाली दईया वलिल मोमिनीना तो मैं क्या वाली वाली दई दा उत्ते तो मैं गुफ्तगू कर दी थी वलिल मोमिनीना कुल मोमना दी बख्शिश अल्लाह जड़े मौजूद ने इन्हां दी बख्शिश जड़े साडे नालों पहला आके टुर गए ने उन्हां दी भी बख्शिश जड़े कियामत तक आउंदे रहणगे उन्हां दी भी बख्शिश या अल्लाह इत्थे ते तीन दिन की फूड़ी तो बाद फूड़ी पा के दुआ मंगी है तो लोग शिरको बिदत के फतवे लाते हैं फिर तू आना उन्होंने जो भी मंगो जड़ियाँ रूह अजे आलमे अरवाह ने अजे बाप के सुलभ में नहीं आईया माँ के रहम नहीं आईया हजे इंसाना के बच्चे नहीं आईया अल्लाह का तू उन्होंने जो भी मंगो उन्होंने किमें पहुंचेगी अल्लाह का बंदिया सुमा जो मीत कुम सुमा जो हकीकुम सुमा ही लही तुर जाऊन तेनों पैदा करने वाला मैं जिंदगियां देने वाला मैं तू लौट के मेरे वाल आना है या तो मौलवी दलों से टुर जाते या मेरे कुरान उत्ते मान रख लै जो तो तेन पैदा करने वाला मैं जिंदगी देने वाला मैं लौट के तू मेरे वाल आना तो फिर दुआ भी तू मेरे को मंग उथे ने या इथे ने मंगनी तू मेरे को उथे ने या
ਇੱਥੇ ਨੇ ਤੇ ਯਾ ਥੱਲੇ ਨੇ, ਦੁਆ ਤੇ ਤੂੰ ਮੇਰੇ ਕੋਲੋਂ ਮੰਗਣੀ ਹੈ। ਅੱਛਾ ਆਸਾਨੀ ਦੇ ਨਾਲ ਇੱਕ ਗੱਲ ਹੋ ਸਕ ਅਰਜ਼ ਕਰਾਂ, ਇੱਥੋਂ ਕਰਾਚੀ ਪੈਸੇ ਭੇਜਣੇ ਹੋਣ ਤੇ ਕਿੰਨੇ ਕੁ ਮਿੰਟ ਲੱਗਦੇ ਨੇ? ਹੋ ਗਏ ਈਜ਼ੀ ਪੈਸਾ ਦੀਗਰ ਜ਼ਰਾਏ, ਇੱਧਰੋਂ ਮੋਬਾਈਲ ਤੇ ਨੰਬਰ ਮਿਲਿਆ, ਸ਼ਨਾਖਤੀ ਕਾਰਡ ਚੜਿਆ, ਹੋ ਗਏ। ਉੱਥੋਂ ਬੰਦੇ ਨੂੰ ਲੈਣ ਵਾਲੇ ਨੂੰ ਉਸ ਟਾਈਮ ਆਪਣੇ ਮੋਬਾਈਲ ਤੋਂ ਵਿਖਾਏ, ਸ਼ਨਾਖਤੀ ਕਾਰਡ ਦਾ ਨੰਬਰ ਲਾਏ, ਇੰਜ ਵਸੂਲ ਕੀਤੇ। ਇੱਕ ਦੋ ਮਿੰਟਾਂ ਦੀ ਖੇਡ ਹੈ, ਇੱਥੋਂ ਦੁਬਈ ਤੇ ਦੁਬਈਓ ਇੱਥੇ ਚੰਦ ਮਿੰਟ, ਇੱਥੋਂ ਇੰਗਲੈਂਡ ਤੇ ਇੰਗਲੈਂਡੋ ਇੱਥੇ, ਇੱਥੋਂ ਈਰਾਨ ਤੇ ਈਰਾਨੋ ਇੱਥੇ, ਇੱਥੋਂ ਯੂਰਪੀ ਮੁਲਕਾਂ 'ਚ ਤੇ ਯੂਰਪੀ ਮੁਲਕਾਂ 'ਚੋਂ ਇੱਥੇ, ਮਿੰਟਾਂ ਸਕਿੰਟਾਂ ਦੀ ਗੇਮ ਹੈ। ਅੱਲਾ ਦਾ ਮੌਲਵੀ ਜੀ, ਤੁਹਾਨੂੰ ਬੰਦਿਆਂ ਦੀ ਸਾਇੰਸ ਤੇ ਯਕੀਨ ਹੈ? ਵਿੱਚ ਡੱਬਾ ਤੇ ਕੋਨੀ ਨਾ, ਵਿੱਚ ਡੱਬਾ ਤੇ ਕੋਨੀ ਨਾ ਜਿਹਦੇ 'ਚ ਰੱਖ ਦੇਣੇ ਨੇ ਤੇ ਮਿੰਟਾਂ ਸਕਿੰਟਾਂ 'ਚ ਪਹੁੰਚ ਜਾਣੇ ਨੇ? ਤੁਹਾਨੂੰ ਬੰਦਿਆਂ ਦੀ ਸਾਇੰਸ ਤੇ ਯਕੀਨ ਹੈ? ਤੇ ਸਾਇੰਸ ਜਿਹੜੀ ਇਹ ਇਜਾਦ ਹੋਈ ਹੈ, ਇਹ ਪਤਾ ਜੇ ਅਕਲ ਕਿੰਨੇ ਦਿੱਤੀ ਹੈ? ਨਹੀਂ ਸਮਝਿਆ ਤੁਸੀਂ ਯਾਰ, ਇਹ ਪਤਾ ਜੀ ਅਕਲ ਕਿੰਨੇ ਦਿੱਤੀ ਹੈ? ਅੱਲਾ ਤੂੰ ਦਿੱਤੀ ਹੈ। ਤੇ ਫਰਮਾਇਆ ਅਕਲ ਮੈਂ ਦਿੱਤੀ ਹੋਵੇ ਤੇ ਮਿੰਟਾਂ ਸਕਿੰਟਾਂ 'ਚ ਮੌਲਵੀ ਜੀ ਤੁਹਾਡਾ ਪੈਸਾ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਹਜ਼ਾਰਾਂ ਤੇ ਲੱਖਾਂ ਮੀਲ ਦੂਰ ਜਾ ਵੀ ਸਕਦਾ ਤੇ ਆ ਵੀ ਸਕਦਾ, ਤੇ ਕੀ ਤੁਹਾਨੂੰ ਆਪਣੇ ਰੱਬ ਦੀ ਕੁਦਰਤ ਤੇ ਇੰਨਾ ਵੀ ਯਕੀਨ ਨਹੀਂ ਰਿਹਾ ਕਿ ਜਦੋਂ ਬੰਦਾ ਮੈਨੂੰ ਖਾਲਕ ਤੇ ਮਾਲਕ ਤੇ ਰਾਜ਼ਕ ਤੇ ਹਾਕਮ ਮੰਨ ਕੇ ਮੇਰੇ ਅੱਗੇ ਅੱਜ ਦੋਵੇਂ ਹੱਥ ਚੁੱਕਦਾ ਤੇ ਮੈਂ 7 ਫੁੱਟ ਦੀ ਕਬਰ ਦੀ ਮਿੱਟੀ ਦੇ ਥੱਲੇ ਉਹਦੇ ਅੱਬੇ ਤੱਕ ਤੇ ਅੰਮਾ ਤੱਕ ਤੇ ਰਿਸ਼ਤੇਦਾਰਾਂ ਤੱਕ ਤੇ ਆਲਮੇ ਰਵਾਜ ਰਹਿਣ ਵਾਲੀਆਂ ਮੋਮਨ ਦੀਆਂ ਰੂਹਾਂ ਤੱਕ ਉਹਦੀ ਦੁਆ ਨਹੀਂ ਪਹੁੰਚਾ ਸਕਦਾ? ਜ਼ਿੰਦਾਬਾਦ 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 ਜ਼ਿੰਦਾਬਾਦ। ਲੱਭੇ ਲੱਭੇ ਯਾ ਰਸੂਲ ਅੱਲਾ, ਲੱਭੇ 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 ਯਾ ਰਸੂਲ ਅੱਲਾ, ਲੱਭੇ 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 ਯਾ ਰਸੂਲ ਅੱਲਾ, ਲੱਭੇ ਲੱਭੇ। ਨਾਰਾ ਰਿਸਾਲਤ ਹੱਕ ਪ੍ਰੋਡਕਸ਼ਨ ਹੈ। ਉਸਮਾਨ ਸਾਹਿਬ ਹਜ਼ਰਤ ਗ੍ਰਾਮੀ ਨੂੰ ਕੁਰਾਨ ਪੜ੍ਹ ਕੇ ਪਤਾ ਚੱਲਿਆ ਦੁਆ ਜ਼ਿੰਦੇ ਨੂੰ ਵੀ ਲੱਗ ਜਾਂਦੀ ਹੈ ਤੇ ਦੁਆ ਕਬਰ ਵਾਲੇ ਮੋਮਨ ਨੂੰ ਵੀ। ਉਂਝ ਇੱਕ ਗੱਲ ਹੈ, ਇਹ ਤੁਹਾਡੇ ਸੁਣੀਆਂ ਤੇ ਮੈਨੂੰ ਗਿਲਾ ਬੜਾ ਹੈ, ਸ਼ਿਕਵਾ ਬੜਾ ਹੈ, ਸ਼ਿਕਾਇਤ ਬੜੀ ਹੈ। ਤੁਸੀਂ ਲੜਿਆ ਨਾ ਕਰੋ ਬਸ, ਜਿਹੜਾ ਕੋਈ ਬੰਦੇ ਦਾ ਪਿਓ ਪੁੱਤਰ ਭਰਾ ਚਾਚਾ ਬਾਬਾ ਮਰ ਜਾਂਦਾ ਉਹ ਨਹੀਂ ਦੁਆ ਮੰਗਦਾ, ਤੇ ਤੁਸੀਂ ਕੋਈ ਗਿਲਾ ਨਾ ਕਰਿਆ ਕਰੋ, ਸ਼ਿਕਵਾ ਨਾ ਕਰਿਆ ਕਰੋ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਵੇ, ਘਰ ਵਾਲੇ ਨੂੰ ਬਿਹਤਰ ਪਤਾ ਮਰਨ ਵਾਲਾ ਮੋਮਨ ਮਰਿਆ ਕਿ ਬੇਈਮਾਨ ਮਰਿਆ। ਤੁਸੀਂ ਨਹੀਂ ਸਮਝੇ, ਜਿਹੜੇ ਬੰਦਿਆਂ ਸੁਭਾਨ ਅੱਲਾ ਨਹੀਂ ਆਖੀ, ਮੈਨੂੰ ਲੱਗਦਾ ਰਨ ਮੁਰੀਦ ਨੇ, ਬਾਕੀ ਉੱਚੀ ਆਖੋ ਸੁਭਾਨ ਅੱਲਾ ਹੈ। ਘਰ ਵਾਲੇ ਨੂੰ ਬਿਹਤਰ ਪਤਾ ਮਰਨ ਵਾਲਾ ਮੋਮਨ ਮਰਿਆ ਕਿ ਬੇਈਮਾਨ ਮਰਿਆ। ਖੈਬਰ ਪਖਤੂਨਖਵਾ ਦੇ ਅੰਦਰ ਇੱਕ ਸਿੱਖ ਕਤਲ ਹੋ ਗਿਆ, ਇਹ ਇਮਰਾਨ ਖਾਨ ਦੇ ਦੌਰ ਦੇ ਅੰਦਰ ਦੀ ਗੱਲ ਹੈ। ਇਮਰਾਨ ਖਾਨ ਉਹਨਾਂ ਦੇ ਘਰ ਟੁਰ ਗਿਆ ਤੇ ਜਾ ਕੇ ਕੀ ਆਉਂਦਾ ਜੀ, ਫਾਤਿਹਾ ਪੜੋ, ਉਹਨੂੰ ਲੱਗ ਜਾਣੀ ਹੈ। ਕਿਉਂ? ਮਰਨ ਵਾਲਾ ਮੋਮਨ ਨਹੀਂ, ਬੋਲੋ ਮਰਨ ਵਾਲਾ। ਤੇ ਦੁਆ ਕਿਹਦੇ ਵਾਸਤੇ ਵੇ? ਮੋਮਨ ਵਾਸਤੇ। ਇਹ ਰਹਿਮਾਨ ਮਲਕ ਸਾਹਿਬ ਪੀਪਲਸ ਪਾਰਟੀ ਦਾ ਦੌਰ ਸੀ, ਇਸਲਾਮਾਬਾਦ ਜਾਂ ਪਿੰਡੀ ਈਸਾਈਆਂ ਦੇ ਗਿਰਜੇ ਘਰ ਦੇ ਅੰਦਰ ਬੰਬ ਧਮਾਕਾ ਹੋ ਗਿਆ। ਹੋਇਆ ਤੇ ਗਲਤ ਕੰਮ ਨਾ, ਜਿਨ੍ਹਾਂ ਮਾਰਿਆ ਅੱਲਾ ਉਹਨਾਂ ਨੇ ਇਸ ਤੋਂ ਨਬੂਦ ਫਰਮਾਏ ਹੈ, ਜਿਨ੍ਹਾਂ ਬੰਬ ਧਮਾਕੇ ਕੀਤੇ ਅੱਲਾ ਉਹਨਾਂ ਨੇ ਇਸ ਤੋਂ ਨਬੂਦ ਕਰੇ, ਉਹਨਾਂ ਦੇ ਸਹੂਲਤਕਾਰਾਂ ਨੂੰ ਇਸ ਤੋਂ ਨਬੂਦ ਕਰੇ, ਉਹਨਾਂ ਦੇ ਹਵਾਰੀਆਂ ਨੂੰ ਇਸ ਤੋਂ ਨਬੂਦ ਕਰੇ। ਅੱਛਾ ਤੇ ਬੰਬ ਧਮਾਕਾ ਹੋ ਗਿਆ, ਸਾਈ ਮਰ ਗਏ, ਤੇ ਰਹਿਮਾਨ ਮਲਕ ਸਾਹਿਬ ਉਹਨਾਂ ਦੇ ਉਹ ਗਿਰਜਾ ਘਰ ਦੇ ਅੰਦਰ ਜਾ ਕੇ ਆਉਂਦੇ ਜੀ ਫਾਤਿਹਾ ਪੜੋ, ਭਾਈ ਉਹਨਾਂ ਨੂੰ ਲੱਗ ਜਾਣੀ ਹੈ। ਕਿਉਂ ਨਹੀਂ ਲੱਗਣੀ? ਕਿਉਂਕਿ ਮਰਨ ਵਾਲੇ ਮੋਮਨ ਨਹੀਂ। ਉਹ ਦੁਆ ਤੇ ਮੋਮਨਾਂ ਵਾਸਤੇ, ਕਰਨ ਵਾਲਾ ਵੀ ਮੋਮਨ ਹੋਵੇ ਤੇ ਮਰਨ ਵਾਲਾ ਵੀ ਮੋਮਨ ਹੋਵੇ। ਇਹ ਜਿਹੜੇ ਬੰਦੇ ਦੁਆ ਨਹੀਂ ਨਾ ਮੰਗਦੇ, ਓਏ ਸੁਣੀਓ, ਉੱਥੇ ਲੜਿਆ ਨਾ ਕਰੋ, ਲੜਾਈਆਂ ਤੇ ਚਪਕਲਸ਼ਾਂ ਨਾ ਕਰਿਆ ਕਰੋ, ਰੁਕ ਜਾਓ, ਰੁਕ ਜਾਓ, ਰੁਕ ਜਾਓ। ਕਿਉਂ? ਘਰ ਵਾਲੇ ਨੂੰ ਬਿਹਤਰ ਪਤਾ ਸਾਡਾ ਮਰਨ ਵਾਲਾ ਮੋਮਨ ਮਰਿਆ ਕਿ ਕਾਫਰ ਮਰਿਆ। ਓਏ ਨਹੀਂ ਮੰਗਦਾ ਤੇ ਸਮਝ ਜਾਓ ਬੇਈਮਾਨ ਮਰਿਆ, ਜੇ ਮੰਗ ਲਵੇ ਤੇ ਸਮਝ ਲਓ ਮਰਨ ਵਾਲਾ ਮੋਮਨ ਮਰਿਆ। ਮਰਨ ਵਾਲਾ
ਉੱਚੀ ਬੋਲੋ ਮਰਨ ਵਾਲਾ ਸਾਡੇ ਸਿਆਲਕੋਟ ਇੱਕ ਜਨਾਜ਼ਾ ਉੱਠਿਆ ਮੌਲਵੀ ਕਾਰੀ ਸ਼ਫੀਉੱਲਾ ਦਾ ਨਾਂ ਸੀ ਲੋਕ ਆਂਦੇ ਨੇ ਕਾਰੀ ਸ਼ਫੀਉੱਲਾ ਉਹਦਾ ਜਨਾਜ਼ਾ ਉੱਠਿਆ ਸ਼ੀਸ਼ਿਆਂ ਵਾਲੀ ਮਸਜਿਦ ਦੇ ਪੱਕੇ ਗੜੇ ਦਾ ਸਟਾਪ ਅੱਜ ਵੀ ਜਾ ਕੇ ਪੁੱਛ ਲਓ ਗੱਲ ਗਲਤ ਹੋਵੇ ਤੇ ਗਰਦਨ ਲਵਾ ਦਿਆਂਗਾ ਉਹਦੇ ਪੁੱਤਰ ਨੇ ਅੱਬੇ ਦਾ ਜਨਾਜ਼ਾ ਚੁੱਕਣ ਲੱਗਿਆ ਸਪੀਕਰ ਚ ਐਲਾਨ ਕੀਤਾ ਬਈ ਸਾਡੇ ਅੱਬੇ ਦੇ ਜਨਾਜ਼ੇ ਨਾਲ ਕੋਈ ਕਲਮਾ ਸ਼ਹਾਦਤ ਨਾ ਪੜੇ ਲੋਕਾਂ ਆਖਿਆ ਤੇਰੇ ਅੱਬੇ ਦੇ ਨਸੀਬ ਉੱਥੇ ਗਏ ਤੇ ਉਹਨੇ ਜਨਾਜ਼ਾ ਪੜ੍ਹਾਉਣ ਤੋਂ ਪਹਿਲਾਂ ਹੀ ਆਖਿਆ ਮੇਰੇ ਅੱਬੇ ਦਾ ਜਨਾਜ਼ਾ ਹੋਣ ਲੱਗਾ ਮਰਨ ਤੋਂ ਬਾਅਦ ਕੋਈ ਫਾਤਿਹਾ ਨਾ ਪੜ੍ਹੇ ਲੋਕਾਂ ਕਿਹਾ ਮੁਸਲਮਾਨਾਂ ਦੀਆਂ ਮਸੀਤਾਂ 'ਚ ਐਲਾਨ ਨਹੀਂ ਸੀ ਕਰਾਉਣਾ ਗਿਰਜੇ ਘਰਾਂ 'ਚ ਐਲਾਨ ਕਰਾਉਣਾ ਸੀ ਨਹੀਂ ਸਮਝੇ ਤੁਸੀਂ ਤੁਹਾਡੇ ਉੱਤੋਂ ਗੱਲ ਲੰਘ ਗਈ ਹੈ ਗਿਰਜੇ ਘਰ 'ਚ ਐਲਾਨ ਕਰਾਉਣਾ ਸੀ ਗੁਰਦੁਆਰੇ 'ਚ ਐਲਾਨ ਕਰਾਉਣਾ ਸੀ ਕਿ ਤੁਹਾਡਾ ਆਪਾ ਮਰ ਗਿਆ ਨਾ ਇਹਨੂੰ ਕਲਮੇ ਦੀ ਜ਼ਰੂਰਤ ਨਾ ਦੁਆ ਦੀ ਜ਼ਰੂਰਤ ਨਾ ਕੁਰਾਨ ਦੀ ਜ਼ਰੂਰਤ ਬਈ ਪੁੱਤਰ ਨੂੰ ਪਤਾ ਮਰਨ ਵਾਲਾ ਆਪਾ ਇਹ ਬੇਈਮਾਨ ਮਰਿਆ ਕਿ ਮੋਮਨ ਮਰਿਆ ਚਾਚੇ ਨੂੰ ਪਤਾ ਭਤੀਜੇ ਦਾ ਇਹ ਬੇਈਮਾਨ ਮਰਿਆ ਕਿ ਮੋਮਨ ਮਰਿਆ ਅਜਰਾਤ ਪੁੱਤਰ ਨੂੰ ਪਤਾ ਮਾਂ ਦਾ ਇਹ ਮੋਮਨਾ ਮਰੀ ਹੈ ਕਿ ਮੁਸਲਮਾਨ ਹੋ ਕੇ ਮਰੀ ਹੈ ਉਹ ਘਰ ਵਾਲੇ ਘਰ ਦਾ ਬਿਹਤਰ ਪਤਾ ਹੁੰਦਾ ਹੈ ਸੁਣੀਓ ਤੁਹਾਨੂੰ ਮੁਬਾਰਕ ਹੋਵੇ ਜਦੋਂ ਸਾਡੇ ਤੁਹਾਡੇ ਚ ਕੋਈ ਮੋਮਨ ਜਾਂਦਾ ਹੈ ਮਗਰੋਂ ਕੁਰਾਨ ਪੜ੍ਹ ਪੜ੍ਹ ਕੇ ਦੁਆ ਕਰ ਕਰਕੇ ਦੱਸਨੇ ਆ ਮਰਨ ਵਾਲਾ ਬੇਈਮਾਨ ਨਹੀਂ ਮੁਸਲਮਾਨ ਹੋ ਕੇ ਗਿਆ ਹੁਣ ਇਹ ਤੇ ਕੁਰਾਨ ਪੜ੍ਹ ਕੇ ਪਤਾ ਚੱਲ ਗਿਆ ਦੁਆ ਮੋਮਨ ਵਾਸਤੇ ਕਿਉਂਕਿ ਵੱਲਿਲ ਮੋਮਨਾਂ ਵਾਸਤੇ ਬੇਈਮਾਨਾਂ ਵਾਸਤੇ ਦੁਆ ਤੇ ਜੇ ਕੋਈ ਮੋਮਨ ਮੰਗ ਵੀ ਦੇਵੇ ਬੇਈਮਾਨ ਵਾਸਤੇ ਤਾਂ ਉਹਨੂੰ ਲੱਗਦੀ ਨਹੀਂ ਤੇ ਜੇ ਕੋਈ ਅੰਦਰ ਮੋਮਨ ਲੇਟਿਆ ਹੋਵੇ ਤੇ ਮਗਰੋਂ ਕੋਈ ਬੇਈਮਾਨ ਉਹਦੇ ਵਾਸਤੇ ਦੁਆ ਮੰਗੇ ਉਹ ਵੀ ਉਹਨੂੰ ਪਹੁੰਚਦੀ ਮਰਨ ਵਾਲਾ ਵੀ ਮੋਮਨ ਤੇ ਦੁਆ ਕਰਨ ਵਾਲਾ ਵੀ ਮੋਮਨ ਦੁਆ ਫੇਰ ਅੱਛਾ ਤਵੱਜੋ ਹੈ ਹੁਣ ਕੁਰਾਨ ਪੜ੍ਹ ਕੇ ਤੇ ਪਤਾ ਚੱਲ ਗਿਆ ਦੁਆ ਜ਼ਿੰਦਿਆਂ ਵਾਸਤੇ ਵੀ ਜਾਇਜ਼ ਹੈ ਤੇ ਦੁਆ ਕਬਰ ਵਿੱਚ ਜਾਣ ਵਾਲਿਆਂ ਵਾਸਤੇ ਵੀ ਹੁਣ ਆਓ ਜ਼ਰਾ ਸੀਰਤ ਤੈਬਾ ਦਾ ਮੁਤਾਲਿਆ ਕਰੀਏ ਹਜ਼ੂਰ ਦਾ ਕੀ ਫਰਮਾਨ ਹੈ حضرات گرامی ذرا توجہ چاہنا میرے کریم نبی صلی اللہ علیہ وآلہ وسلم حضور صحابہ دے اجتماع وچ تشریف فرمانے میرے نبی خطاب پہ کر دے نے تے میرے کریم نبی نے فرمایا اے میرے صحابہ جی آقا اے جڑے بڑے بندے سبحان اللہ نہیں آندے اللہ انہاں نوں کہن دی توفیق عطا فرمائے ਮੈਂ ਚਿਸ਼ਤੀਆਂ ਉਂਝ ਯਾਰਾਂ ਦਾ ਯਾਰ ਹਾਂ ਅਤੇ ਜਿਹੜਾ ਬੰਦਾ ਤਕਰੀਰ 'ਚ ਨਾ ਬੋਲੇ ਉਹਦੇ ਲਈ ਮੈਂ ਬੜਾ ਕੌੜਾ ਖਤੀਬ ਹਾਂ ਹੁਣ ਜਿਹੜੇ ਬੰਦੇ ਉੱਚੀ ਸੁਭਾਨ ਅੱਲਾ ਨਾ ਆਖੀ ਮੈਂ ਤਕਰੀਰ ਛੱਡ ਕੇ ਉਹਦੇ ਕੋਲ ਆ ਜਾਣਾ ਉਹਨੂੰ ਖੜਾ ਕਰਨਾ ਉਹਦੇ ਕੋਲੋਂ ਨਾਲੇ ਦੁਆਏ ਕਨੂਤ ਸੁਣਨੀ ਹੈ ਨਾਲੇ ਨਮਾਜ਼ੇ ਜਨਾਜ਼ਾ ਦੀ ਪੂਰੀ ਦੁਆ ਸੁਣਨੀ ਹੈ ਅਤੇ ਫਸ ਤੁਸੀਂ ਸਾਰਿਆਂ ਜਾਣਾ ਸਟੇਜ ਉੱਤੋਂ ਤਾਂ ਤੁਹਾਨੂੰ ਦੋ ਤਰੇ ਬੰਦੇ ਕੱਢ ਕੇ ਨਾ ਤੇ ਬਾਕੀ ਤੇ ਆਵਾਜ਼ ਨਹੀਂ ਆਉਣੀ ਕਿਉਂਕਿ ਇਹ ਤੇ ਚਿਸ਼ਤੀ ਦੀ ਮੰਜੀ ਚੁੱਕਣ ਆਏ ਕਦੋਂ ਇਹ ਮਰੇ ਤੇ ਦੀ ਮੰਜੀ ਨੂੰ ਹੱਥ ਲਾ ਕੇ ਅਸੀਂ ਜੰਤੀ ਹੋਈਏ ਇੰਝ ਬੰਦਿਆਂ ਨੂੰ ਜੰਨਤ ਲੱਭਦੀ ਤੇ ਸਿਆਲਕੋਟ ਤੇ ਸਾਰਾ ਜੰਤੀਆਂ ਦਾ ਫਿਰ ਗਿਨੋ ਉਹ ਤੇ ਅੱਗੇ ਬੇਤਾਬ ਨੇ ਕਿ ਚਿਸ਼ਤੀ ਦੀ ਮੰਜੀ ਅਸੀਂ ਚੁੱਕਣੀ ਹੈ ਤਾਂ ਅਸੀਂ ਹੱਥ ਲਾਣਾ ਤੇ ਉਹ ਤੇ ਫਿਰ ਸਾਰੇ ਜੰਤੀ ਹੋਏ ਨਾ ਇਸ ਵਾਸਤੇ ਤੁਸੀਂ ਸਾਰੇ ਹੀ ਬੋਲੋ ਸਾਰਿਆਂ ਦੇ ਹੀ ਆਕੇ ਤੇ ਸਾਰੇ ਹੀ ਉੱਚਾ ਬੋਲ ਕੇ ਆਖੋ ਜ਼ਰਾ ਸੁਭਾਨ ਅੱਲਾ ਰਾਤ ਗਿਰਾਮੀ ਦਰਾ ਤਵੱਜੋ ਚਾਨਾ ਮੇਰੇ ਕਰੀਮ ਨਬੀ ਸਿਹਾਬਾ ਦੇ ਇਸਤਮਾ ਦੇ ਅੰਦਰ ਕਿਤਨਾ ਹਸੀਨ ਮੁਸਲਮਾਨੋ ਲਮਹਾਤ ਹੋਣਗੇ ਅੱਜ ਤਕਰੀਰ ਕਰਨ ਵਾਲਾ ਮੈਂ ਵਾਂ ਸੁਣਨ ਵਾਲੇ ਤੁਸੀਂ ਹੋ ਇੱਕ ਮਹਿਫਲ ਹੋਵੇ ਜਿਹੜੀ ਮਦੀਨੇ ਵਿੱਚ ਸਜੀ ਹੋਈ ਹੈ ਜਿਹਦੇ ਵਿੱਚ ਖਿਤਾਬ ਕਰਨ ਵਾਲਾ ਆਮਿਨਾ ਦਾ ਲਾਲ ਹੈ ਸੁਣਨ ਵਾਲਾ ਅਬੂ ਬਕਰ ਤੇ ਅਲੀ ਤੇ ਕਾਲੇ ਰੰਗ ਦਾ ਬਿਲਾਲ ਮੇਰੇ ਮੁਸਤਫਾ ਕਰੀਮ ਖਿਤਾਬ ਕਰ ਰਹੇ ਨੇ ਮੇਰੇ ਨਬੀ ਨੇ ਫਰਮਾਇਆ ਇਹ ਮੇਰੇ ਸਿਹਾਬਾ ਤੁਹਾਡੇ ਵਾਲਦੈਨ ਵਿੱਚੋਂ ਜਿਨ੍ਹਾਂ ਦੇ ਵਾਲਦੈਨ ਦੁਨੀਆਂ ਤੋਂ ਚਲੇ ਗਏ ਨੇ ਉਹ ਜੁਮੇ ਦੇ ਜੁਮੇ ਆਪਣੇ ਵਾਲਦੈਨ ਦੀਆਂ ਕਬਰਾਂ 'ਤੇ ਜਾਇਆ ਕਰੋ ਉੱਥੇ ਜਾ ਕੇ ਕੁਰਾਨ ਪੜ੍ਹਿਆ ਕਰੋ ਅਤੇ ਦੁਆਏ ਮਗਫਰਤ ਕਰਿਆ ਕਰੋ ਅੱਲਾਹ ਤਾਲਾ ਤੁਹਾਡੇ ਗੁਨਾਹ ਮੁਆਫ ਫਰਮਾ ਦੇਵੇਗਾ
اللہ اکبر. میرے کریم نبی نے فرمایا جمعے تے جمعے والدین دیاں قبراں تے جاؤ تے پورے ہفتے دے گناہ معاف, لیکن شرط کی ہے؟ اوتے قرآن پڑھنا ہے, دعائے مغفرت کرنی ہے. بعض لوگ اس گل تے وی اعتراض کردے نے کہ قبراں تے نہیں جانا چاہیدا, قبراں تے جانا حرام ہے, قبراں تے جانا بدعت ہے, قبراں تے جانا مشرکانہ رسم و رواج ہے, قبراں تے نہیں جانا چاہیدا, اے قبراں تے جا کے نہ دعا منگنی چاہیدی ہے. میں کیا ملا جی اسی قبراں تے کیتا نہیں پڑھ دے, اسی قبراں تے ہیر رانجے دیاں گلاں نہیں پڑھ دے, اسی قبراں تے کوئی دنیا دے فلاسفر دیاں گلاں نہیں پڑھ دے, کسے ڈاکٹر دی لکھی ہوئی کتاب نہیں پڑھ دے, اسی قبراں تے قرآن پڑھنے ہاں. تے میرے نبی دا فرمان ہے قرآن جتھے بھی پڑھیا جائے نالے فرشتیاں دا نزول ہوندا ہے, نالے رب دیاں رحمتاں دا نزول ہو جاندا ہے. سادہ لو مسلمانوں نے بھی اس گل دا پتہ ہے کہ جتھے قرآن پڑھیا جائے, جتھے قرآن پڑھیا جائے ہے. اللہ اکبر کبیرہ. دنیا والیو ذرا توجہ چانا, آتو وال گجرات شریف دے لوکو ذرا توجہ چانا, میرے نبی نے فرمایا والدین دیاں قبراں تے جمعے دے جمعے جاؤ, اوتھے جا کے قرآن پڑھو, اللہ تواڈے پورے ہفتے دے گناہ معاف کرے گا. غلاماں چ اک غلام اٹھیا, ہاتھ بنے ہوئے نے ٹک ٹکی مصطفیٰ دے چہرے تے لائی ہوئی ہے, ہاتھ بن کے عرض کر دے, اے سونیا حضور تساں فرمایا جمعے دے جمعے والدین دیاں قبراں تے جاؤ, اوتھے جا کے قرآن پڑھو, اللہ پورے ہفتے دے گناہ معاف کرے گا. حضور نے فرمایا ہاں بالکل. غلام آندے حضور میرا ایک سوال ہے, حضور فرمایا بیان کر. آندے سونیا میں چھوٹا جا سا, یا رسول اللہ میرے باپ دا انتقال ہو گیا, ہزے مینو ہوش نہیں سی آیا, میرے باپ دا انتقال ہو گیا, حضور مینو باپ دے کفن دفن تے جنازگاہ جنا دے, تے قبرستان دی خبر کوئی نہیں. سونیا حضور ازے چند ماں گزرے, میرے باپ دا انتقال ہویا, حضور میری ماں دا بھی انتقال ہو گیا, مینو ہوش نہیں آیا, میری ماں بھی دنیا تو چلی گئی, حضور مینو ماں دے کفن دفن جنازگاہ جنازے تے قبرستان دا نہیں پتا, حضور میں کی کرا. میرے نبی دی اکھاں چوں آنسو نکل آئے, حضور روئی جا رہے نے. غلاماں نے مصطفیٰ دی کفیت ویکھ کے غلاماں دیاں سسکیاں بج گئیاں, ہر غلام آنسو بہا رہی ہے, ہر کوئی رو رہی ہے. جناب سیدنا صدیق اکبر رضی اللہ تعالی عنہ عرض کیتی, سونیا رون دی وجہ کی ہے؟ غلام نے گل اپنی کیتی ہے تے تسی آنسو بہان لگ پے ہو. حضور ذرا حقیقتوں پردہ ہٹاؤ, حضور دی وجہ کی ہے؟ میرے نبی نے فرمایا اے میرے صحابہ گل نے اپنے بچپن دی کیتی ہے, پر میں محمد نو اج اپنا بچپن یاد آ گیا. یہ تے چھوٹا جہا سا, یہ دا باپ دنیا تو چلا گیا, یہ دی ماں چلی گئی, یہ کفن دفن تے جنازگاہ تے جنازے تے قبرستان دا نہیں پتا. سیابا میں تے جے ماں دے شکمے اطہر دے اندر سا, تے میرے والد گرامی حضرت عبداللہ بن عبد المطلب چلے گئے. اے صحابہ میں یتیم پیدا ہویا, اللہ نے مینو ترے یتیم بنا کے گلیا ہے, اللہ نے مینو ترے یتیم بنا کے گلیا ہے. ایتھے تشریف لیاؤ,
ਇੱਥੇ ਤੁਸੀਂ ਇੱਥੇ ਮੇਰੇ ਕਰੀਬ ਆ ਜਾਓ। ਸੁਭਾਨ ਅੱਲਾਹ। حضرات گرامی ذرا توجہ چاہنا، میرے کریم نبی صلی اللہ علیہ وآلہ وسلم حضور نے فرمایا، اللہ نے منو در یتیم بنا کے گلیا ہے، اس غابا اللہ نے منو در یتیم بنا کے گلیا ہے، اللہ اکبر کبیرہ، صغابا 6 سال دی عمر مبارک سی میری، تے مقام ابوا دی وادی میری ماں پہ مار ہو گئی، تے میں اپنی ماں دی سرحانے حضرت سیدہ طیبہ طاہرہ امینہ کائنات حضرت آمینہ دی سرحانی کھڑا سا، تے میری ماں دیا سہیلیاں دیا نے آمینہ تیرے چہرے دی رنگت پہ دس دی ہے، تسی چند گڑیاں دی مہمان ہو آمینہ، ہن تیری روح برباد کر جانی ہے آمینہ، ہن تہاڈا انتقال ہو جانا ہے آمینہ، ہن تسا پردہ کر جانا ہے آمینہ، ہن تساں وصال کر جانا ہے، تے میری ماں دیا سہیلیاں کہہ رہی نے آمینہ، جدوں تو دنیا چھوڑ کے جائے گی تیرا نام و نشان مٹ جانا ہے آمینہ، پھر تیرا نام و نشان ختم ہو جانا ہے۔ حضور آمدے نے، میری ماں دیا سہیلیاں یہ گلاں پہیاں کر دیا سن، تے میری ماں دیا اکھاں نم ہو گئیاں، تے میں ماں دی سرحانی کھڑا سا، میری ماں طیبہ طاہرہ حضرت آمینہ، میں محمد ول ویکھیا تے ویکھ کے فرمایا، نی سہیلیو میں محمد چھڈ کے چلیاں، قیامت تک ایدا وی ذکر ہونا ہے، ایدی وجہ دے نال ایدی مائی آمینہ دا وی ذکر ہون رہنا ہے۔ اللہ جائے حضور اندر، میری ماں نے آخیا میں محمد چھڈ کے جا رہی ہوں، صحابہ کو صلی اللہ ہو، جڑا درود پڑھنا بھول گیا وہ جنت کا رستہ بھی بھول گیا، کہہ لو صلی اللہ علیہ وآلہ وسلم، حضور علیہ الصلوۃ والسلام آندے نے، اس غبا گل نے اپنے بچپن دی کیتی ہے، پر میں محمد نو اج اپنا بچپن یاد آ گیا ہے۔ شاعر نے اپنی محبت و عقیدت دے نال اپنے خیالاں دی عکاسی، تے دنیا تے معاشرے دے ماحول دے مطابق اس طرح انہیں اپنے خیالاں دے اظہار کیتا ہے، کہ ماواں جنت دیاں ٹھنڈیاں نے چھاواں تے ماواں نال پیار کر لو، ماواں جنت دیاں ٹھنڈیاں نے چھاواں تے ماواں نال پیار کر لو، تسی بھی سارے آخو ماواں جنت دیاں ٹھنڈیاں نے چھاواں تے ماواں نال کر لو، ماواں جنت دیاں ٹھنڈیاں نے چھاواں تے ماواں نال پیار کر لو، نہیں جے لبنا نگاہ پر چھاواں تے ماواں نال پیار کر لو، پہلے بھی قیامت سے دنیا تے آئی سی چلی، جدوں دنیا تو آمینہ مائی سی، پہلے بھی قیامت سی دنیا تے آئی سی چلی، جدوں دنیا
ਦੁਨੀਆਂ ਤੋਂ ਆਮੀਨਾ ਮਈ ਸੀ ਸੋਨਾ ਰੋ ਰੋ ਕੇ ਦਿੰਦਾ ਸੀ ਦੁਹਾਈਆਂ ਏ ਮਾਵਾਂ ਨਾਲ ਪਿਆਰ ਕਰ ਲੋ ਸੋਨਾ ਰੋ ਰੋ ਕੇ ਦਿੰਦਾ ਸੀ ਦੁਹਾਈਆਂ ਏ ਮਾਵਾਂ ਨਾਲ ਪਿਆਰ ਕਰ ਲੋ ਤੁਸੀਂ ਵੀ ਸਾਰੇ ਉੱਚਾ ਕਹੋ ਮਾਵਾਂ ਜੰਨਤ ਦੀਆਂ ਠੰਡੀਆਂ ਨੇ ਛਾਵਾਂ ਤੇ ਮਾਵਾਂ ਨਾਲ ਹਜ਼ਰਤ ਮੇਰੇ ਤੇ ਤੁਹਾਡੇ ਆਕਾ ਨਬੀ ਰਹਿਮਤ ਸ਼ਫੀ ਮੁਅੱਜ਼ਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਹਜ਼ੂਰ ਅੱਲਾ ਨਬੀ ਜਨਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਰਿਆਸ ਗੁਲਾਮ ਦੇ ਸਵਾਲ ਦਾ ਜਵਾਬ ਸੁਣੋ ਜ਼ਰਾ ਹਜ਼ੂਰ ਨੇ ਕੀ ਫਰਮਾਇਆ ਮੇਰੇ ਕਰੀਮ ਨਬੀ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਨੇ ਫਰਮਾਇਆ ਇਹ ਗੁਲਾਮਾ ਸੁਣ ਤੇਰੇ ਸਵਾਲ ਦਾ ਜਵਾਬ ਸਿਖਾਬਾ ਤੁਹਾਡੇ ਵਾਲਦੈਨ ਵਿੱਚੋਂ ਅਗਰ ਇੱਕ ਫੌਤ ਹੋਇਆ ਜਾਂ ਦੋਵੇਂ ਫੌਤ ਹੋਏ ਨੇ ਤੇ ਉਹਨਾਂ ਦੀਆਂ ਕਬਰਾਂ ਦਾ ਨਹੀਂ ਪਤਾ ਕਿਸੇ ਮੁਸਲਮਾਨਾਂ ਦੇ ਕਬਰਸਤਾਨ ਚਲੇ ਜਾਓ ਇੱਕ ਫੌਤ ਹੋਇਆ ਇੱਕ ਲਕੀਰ ਲਾ ਲਓ ਅਗਰ ਦੋਵੇਂ ਫੌਤ ਹੋਏ ਨੇ ਤੇ ਦੋ ਲਕੀਰਾਂ ਲਾ ਕੇ ਉੱਥੇ ਕੁਰਾਨ ਪੜ੍ਹ ਕੇ ਦੁਆਏ ਮਗਫਰਤ ਕਰਨਾ ਤੁਹਾਡਾ ਕੰਮ ਹੈ ਤੇ ਫਿਰ ਕਰਮ ਕਰ ਦੇਣਾ ਮੁਹੰਮਦ ਦੇ ਖੁਦਾ ਦਾ ਕੰਮ ਹੈ ਅੱਲਾਹ ਅਕਬੀਰਾ ਹਜ਼ਰਾਤ ਇਹ ਹੁਣ ਹਜ਼ੂਰ ਦਾ ਫਰਮਾਨ ਪੜ੍ਹ ਕੇ ਤਵੱਜੋ ਮੇਰੇ ਵੱਲ ਹੱਸਣਾ ਨਹੀਂ ਕੋਈ ਗੱਲ ਨਹੀਂ ਕਿਸੇ ਨੇ ਮੁਹੱਬਤ ਚ ਨਾ ਇਹਦਾ ਧਿਆਨ ਮੇਰੇ ਵੱਲ ਕਰਾਓ ਇਹਦਾ ਧਿਆਨ ਮੇਰੇ ਵੱਲ ਕਰਾਓ ਬੇਟਾ ਛੱਡ ਦੇ ਮੇਰੀ ਗੁਫ਼ਤਗੂ ਸੁਣਦਾ ਹੈ ਬਈ ਨਾ ਹੱਸ ਹਜ਼ੂਰ ਦੀ ਮਹਿਫਲ ਹੈ ਕੋਈ ਐਸੀ ਬੇਦਬੀ ਨਾ ਕਰ ਬਹਿਣਾ ਨਹੀਂ ਤੇ ਸਾਰੀ ਜ਼ਿੰਦਗੀ ਮਜ਼ਾਕ ਬਣ ਕੇ ਰਹਿ ਜਾਓਗੇ ਇਹ ਹਜ਼ੂਰ ਦੀ ਮਹਿਫਲ ਹੈ ਮਾਸ਼ਾਅੱਲਾ ਨਾਰਾ ਤਕਬੀਰ ਨਾਰਾ ਰਿਸਾਲਤ ਉਲਮਾ ਅਹਿਲੇ ਸੁਨਨਤ ਸਨਾ ਖਾਨੇ ਮੁਸਤਫਾ ਹਜ਼ਰਾਤ ਗ੍ਰਾਮੀ ਤਵੱਜੋ ਚਾਹਨਾ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਇੱਥੇ ਆ ਜਾਓ ਹਜ਼ਰਤ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ ਡਾਕਟਰ ਸਾਹਿਬ ਇੱਥੇ ਆ ਜਾਓ ਸੁਭਾਨ ਅੱਲਾਹ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਹਜ਼ੂਰ ਦਾ ਫਰਮਾਨ ਪੜ੍ਹ ਕੇ ਪਤਾ ਚੱਲਿਆ ਕਿ ਕਬਰਾਂ 'ਤੇ ਜਾਣਾ ਵੀ ਜਾਇਜ਼ ਹੈ ਅਤੇ ਕੁਰਾਨ ਪੜ੍ਹ ਕੇ ਦੁਆ ਮੰਗਣੀ ਵੀ ਕਬਰਾਂ ਤੇ ਜਾਣਾ ਵੀ ਜਾਇਜ਼ ਹੈ ਤੇ ਕੁਰਾਨ ਪੜ੍ਹ ਕੇ ਦੁਆ ਮੰਗਣੀ ਵੀ ਜਾਇਜ਼ ਹੈ ਹੁਣ ਆਓ ਜਰਾ ਹਜ਼ੂਰ ਦੀ ਸੀਰਤ ਤੇ ਤੈਬਾ ਦਾ ਹੋਰ ਅੱਗੇ ਮੁਤਾਲਿਆ ਕਰੀਏ ਕਿਆ ਨਬੀ ਕਰੀਮ ਸੱਲੱਲਾਹੁ ਵਸੱਲਮ ਆਪ ਵੀ ਕਦੀ ਵਾਲਦੈਨ ਚੋਂ ਕਿਸੇ ਦੀ ਕਬਰ ਤੇ ਗਏ ਨੇ ਹਜ਼ੂਰ ਦੀ ਸੀਰਤ ਤੇ ਤੈਬਾ ਦਾ ਜਰਾ ਮੁਤਾਲਿਆ ਕਰੋ ਆਖੋ ਸੁਭਾਨ ਅੱਲਾਹ ਮੇਰੇ ਕਰੀਮ ਨਬੀ ਨੇ ਜ਼ਿੰਦਗੀ ਦੇ ਅੰਦਰ ਸਿਰਫ ਇੱਕ ਹੱਜ ਕੀਤਾ ਹੈ ਦੁਆ ਕਰੋ ਹਜ਼ੂਰ ਦੇ ਹੱਜ ਦਾ ਸਦਕਾ ਅੱਲਾ ਮੈਨੂੰ ਤੁਹਾਨੂੰ ਹੱਜ ਅਤਾ ਫਰਮਾਏ ਸਾਨੂੰ ਅੱਲਾ ਹੱਜੇ ਬੈਤੁੱਲਾ ਨਸੀਬ ਫਰਮਾਏ ਮੇਰੇ ਨਬੀ ਨੇ ਫਰਮਾਇਆ ਸਿਹਾਬਾ ਇਸ ਸਾਲ ਅਸਾਂ ਹੱਜ ਤੇ ਜਾਣਾ ਤੇ ਗੁਲਾਮਾਂ ਕੋਲੋਂ ਖਬਰ ਨਿਕਲਦੀ ਮਦੀਨੇ ਚੋਂ ਬਾਹਰ ਪਿੰਡਾਂ ਦੇ ਪਿੰਡ ਫੈਲ ਗਈ ਤੇ ਗੁਲਾਮ ਜਮਾ ਕੇ ਮਦੀਨੇ ਆ ਗਏ ਹਜ਼ੂਰ ਫਰਮਾਇਆ ਜਮੇ ਗਫੀਰ ਕਾ ਦੇ ਗੁਲਾਮਾ ਆਖਿਆ ਹਜ਼ੂਰ ਸਾਨੂੰ ਪਤਾ ਚੱਲੀਏ ਤੁਸੀਂ ਹੱਜ ਤੇ ਜਾ ਰਹੇ ਹੋ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਤੁਸੀਂ ਹੱਜ ਪੜਾਓਗੇ ਅਸੀਂ ਹੱਜ ਪੜਾਂਗੇ ਅੱਲਾਹੁ ਅਕਬਰ ਤੇ ਸਿਹਾਬਾ ਦਾ ਜੰਮੇ ਗਫੀਰ ਨਾਲੇ ਹਜ਼ੂਰ ਦੇ ਮਗਰ ਨਮਾਜ਼ ਪੜ੍ਹਨੀ ਤੇ ਨਾਲੇ ਟਿਕਟਿਕੀ ਲਾ ਕੇ ਹਜ਼ੂਰ ਦਾ ਦੀਦਾਰ ਕਰਨਾ ਹਜ਼ੂਰ ਦਾ ਉਸਨੂੰ ਜਮਾਲ ਵੇਖਣਾ ਆਸ਼ਕਾਂ ਦੇ ਸੁਲਤਾਨ ਸੁਲਤਾਨੇ ਬਾਹੂ ਨੇ ਕਿਆ ਖੂਬ ਆਖਿਆ ਏ ਤਨ ਮੇਰਾ ਚਸ਼ੀ ਮਾ ਹੋਵੇ ਤੇ ਮੈਂ ਮੁਰਸ਼ਦ ਵੇਖਣਾ ਰਜਾ ਹੂ ਲੂਲੂ ਦੇ ਐ ਮੁੜ ਲਖੀ ਲਖੀ ਚਸ਼ਮੇ ਹਾਂ 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 ਲੂਲੂ ਦੇ ਮੁੜ ਲਖੀ
لکھی چشمے ایک کھولا ہے کہ کہ جاؤ اتنا ٹٹیاں اے سب رنایا وے ہور کی دیوال اے بجاں مرشد دا دیداری ہے بہو مرشد دا دیداری ہے با ایک دو دفعہ اونچا پڑھو اگے چلیے مرشد دا دیداری ہے بہو مرشد دا دی اے مینو لکھ کروڑا حجا حج دا موسم جی تو قریب آیا میرے کریم نبی نے فرمایا اس غبا تیاری کر لو صحابہ تیار ہو گئے سواریاں آ گئیں حضور تیاری کر کے تشریف لے آئے حضرات گرامی میرے کریم نبی سواری تے سوار ہو گئے غلاماں نو حکم دیتا سوار ہو جاؤ ہو گئے اللہ اکبر کبیرہ ہن طیب قافلہ نورانی قافلہ حسین قافلہ جمیل قافلہ عظیم قافلہ ایمانی قافلہ قرآنی قافلہ روحانی قافلہ جدو مدینے دیاں گلیاں بازاراں چوں باہر نکلیا اگے کیسا مقام آیا ہے جتھے مکے دے دو رستے ہوندے نے ایک سیدھا رستہ ہے ایک دہیں جانب تو رستہ مکے نکل دے حضور نے فرمایا اے صحابہ قافلہ روکو رک گیا فرمایا میں تواڈے نال ایک مشورہ کرنا ہے حضور حکم ہوے اسی تواڈے حکم دی تمہیل کران گے میرے نبی نے فرمایا اے میرے صحابہ میں چاہنا وا ادھروں دی چلیے غلاماں چ کو غلام آندے حضور اجازت ہوے تے سوال کرا میرے نبی فرمایا بیان کر آندا سونیا رستہ تی ہے قریب ادھر جلدی ہی پہنچا گے رستہ تھوڑا ہے تے چھوٹا ہے ادھر بڑا بلا پینا یا رسول اللہ ادھر بڑا بلا پینا اللہ اکبر غلام آندا سواریاں تھوڑیاں ایک ایک سواری دے اتے جسامت دے لحاظ نال تین تین تے چار چار مسافر سوار نے باقی پیدل نے ادھا سفر سواریاں تے کرن گے ادھا پیدل جڑے پیدل نے پھر سواریاں تے بہن گے دنیا والیو میرے کریم نبی دا غلام آندا ہے سونیا ادھروں جان دی وجہ کی ہے میرے نبی دی اکھاں نم ہو گئیاں آنسواں دی جھڑی لگ گئی میرے نبی نے فرمایا اے میرے صحابہ میں حج کرن چلا وا مینوں پتا ہے رستہ ہے ہی قریب ہے لیکن ادھروں میں تاں جانا چاہنا اس رستے تے مقام ابوا ہے تے مقام ابوا تے میری ماں دی ہی قبر مبارک ہے مزار پرنوار ہے میں جانا حج کرن تو پہلا میں ماں دی ہی قبر تے نالے سلام کر جاواں نالے ماں دی ہی قبر تے دعا کر جا کلو ہم صحابہ نے آکھیا لبیک یا رسول اللہ حضور اسی ادھر ہی چلنا صحابہ آندے نے سرکار دی سواری اگے قافلہ ٹر پیا آندے نے چلدیاں 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 سانو نہیں پتا کہ مقام ابوا دا وادی زمین دا ٹکڑا او دا آغاز کتھوں ہوندا ہے صحابہ آندے نے ایک زمینی رقبہ آیا حضور نے سواری خالی کر دیتی پیدل چلن لگ پیا حضور ازواج پیدل اولاد پیدل کلو ہم صحاب نے سواریاں چھڑ دیتی ہیں سب پیدل جناب سیدنا صدیق اکبر صحابہ کو رضی اللہ تعالی حضور دے قریب ہوئے یا سیدی یا رسول اللہ صلی اللہ علیہ وآلہ وسلم دیگر بھی کئی صحابہ راوی نے
حضور دے پیدل چلن دی وجہ کی ہے؟ میرے کریم نبی نے فرمایا میرے صحابہ اس زمین دے ٹکڑے اتے کیویں سواری تے بیٹھا رواں جس زمین دے ٹکڑے وچ میری ماں آمینا آرام پی کر دی ہے اے مقام ابوادی وادی ہے سیاپ آندن حضور چل دیا اپنی والدہ ماجدہ تجیبہ طاہرہ امینہ کائنات حضرت آمینا دے مزار تے پہنچے میرے نبی نے ماں دی قبر پہلا سلام کیتا پھر میرے نبی نے اپنی والدہ ماجدہ دی قبر دے حضور نے دعا فرمائی اوے گجرات شریف دے رہن آلیو ذرا توجہ چانا بڑی قابل غور بات ہے حضور نے دعا کرن تو بعد اپنی ماں دی قبر دے اتے مزار دے اتے حضور نے انج ہاتھ رکھیا قبر دے درمیان حضور نے ہاتھ رکھیا ہاتھ رکھ کے میرے نبی نے اپنی ماں دے مزار تے کیا اے میری مقدس ماں اج تیرا محمد آیا ہے اے میری مقدس ماں میں حج کرن چلنا مکہ شریف دے اندر اس مکے دے اندر جتے محمد دی ولادت ہوئی ہے جتے محمد دا بچپن گزری ہے جتے محمد دا شباب گزری ہے جتے محمد نے اظہار نبوت اعلان کیتا ہے احمد مقدس ماں اس مکہ چلا ماں جنہ گلیاں چ میں سنایا لا الہ الا اللہ دی آواز اچھی آنی چاہیے ہر کسی دی آواز آوے ماں اس مکے چلا ماں جنہ گلیاں چ میں سنایا لا الہ الا اللہ ماں اس مکے چلا جنہ گلیاں چ میں سنایا لا الہ الا اللہ جنہ بازاراں چ میں سنایا لا الہ الا اللہ جنہ پہاڑاں تے میں سنایا لا الہ الا اللہ ماں میں بت خانیاں چ جا کے میں سنایا لا الہ الا اللہ کفار دیا ایوانا چ سنایا لا الہ الا اللہ اے میری ماں میں توحید دا ترس دینا سا کافر دھکے مار دے سن کافر پتھر مار دے سن ماں برا بھلا کہندے سن نہ زیبا کلے مہات کستے سن اے میری مقدس ماں کاش 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 تسی اج ہوندیاں ویندیاں تے سہی اللہ نے محمد نو کنیاں شاناں عطا فرما چھڈیاں نے اللہ حضرات گرامی اے ویکھو میرے ہتھاں وچوں اپنے ماں پیو دی قدر کر لو اے پل کے نہیں جے لبنے اے جے رب دیاں نعمتاں یار لب جاندے جے رشتہ دار لب جاندے جے بلادریاں لب جاندیاں جے قبیلہ لب جاندا جے اوے بیویاں وی لب جاندیاں جے ماں پے نہیں جے لبدے ہیں انہاں دی قدر کر لو جنی ہو سکدی جے ایک دفعہ ٹر گئے تے پھر دوبارہ نہیں آؤ اے انہاں نوں پوچھو نا جنہاں دے اج نہیں ہے انہاں نال کی بیتی جا رہی ہے ہیں اج انہاں دی قدر کرو پہلے پیر ماں باپ جے انہاں دے ہاتھ چومو پیر چومو پھر ویکھے جے خدا دیاں رحمتاں دیاں ٹھٹاں کیاں اے دو نمبر پیر آ ٹھٹ انگوٹھیاں پاؤن والے عورتاں نوں لمبے وال چھڈن والے تے بے نمازی تے بے ٹنگے پیر ایہو جے پیر نوں بندہ جتی لا کے 5000 مار کے تے دوبارہ آکھے حضرت میں بھول گیا اجازت دیو مڈو شروع کراں ایہو جے پیراں نوں لتر مار مار کے اپنے ملک چوں انہاں نوں ظاہر کرو پیرو جنوں ویکھیاں اللہ یاد آئے تے پیر دے بوئے تو وی فیض اونوں لبنا جیہدے اتے ماں باپ دیاں دعاواں شامل آ اللہ والے کولوں وی فیض اونوں لبنا جیہدے تے ماں باپ دی توجہ ہوئے ماں باپ دیاں دعاواں حاصل کرن والا انہاں دی عزت کرو قدر کرو خدمت کرو اللہ تعالیٰ میری تہاڈی حاضری قبول فرمائے اس محفل نو قبول فرمائے تہاڈا بہنا سننا پڑھنا اللہ اپنی بارگاہ وچ قبول و منظور فرمائے